ਗੈਂਗਸਟਰ ਲਾਰੈਂਸ ਬਿਸ਼ਨੋਈ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਚਰਚਾ ਦਾ ਵਿਸ਼ਾ ਬਣਿਆ ਹੋਇਆ ਇੱਕ ਵਾਰ ਫਿਰ ਤੋਂ, ਕਿਉਂਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਹੋਈ ਸੀ, ਇੱਕ ਨਹੀਂ ਬਲਕਿ ਦੋ ਇੰਟਰਵਿਊ ਹੋਈਆਂ, ਉਸ ਨੂੰ ਲੈ ਕੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ, ਆਖਿਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਹੜੀ ਜੇਲ੍ਹ ਦੇ ਵਿੱਚੋਂ ਹੋਈ ਹੈ? ਤਾਂ SIT ਦੇ ਵੱਲੋਂ ਹਾਈਕੋਰਟ ਦੇ ਵਿੱਚ ਰਿਪੋਰਟ ਦਾਖਲ ਕੀਤੀ ਗਈ ਹੈ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਹੋਈ ਹੈ। ਦੋ ਦੇ ਵਿੱਚੋਂ ਇੱਕ ਇੰਟਰਵਿਊ ਜਿਹੜੀ ਕਿ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਹੋਈ ਹੈ, ਨਾਲ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਠਿੰਡਾ ਜੇਲ੍ਹ ਦੇ ਵਿੱਚੋਂ ਲਾਰੈਂਸ ਦੀ ਇੰਟਰਵਿਊ ਨਹੀਂ ਹੋਈ, ਕਿਉਂਕਿ ਬਠਿੰਡਾ ਜੇਲ੍ਹ ਦੇ ਵਿੱਚ ਜੈਮਰ ਲੱਗੇ ਹੋਏ ਨੇ, ਇਸ ਕਰਕੇ ਉੱਥੇ ਇੰਟਰਵਿਊ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਆਖਿਰ ਪਤਾ ਕੀਤਾ ਜਾਵੇ ਕਿ ਲਾਰੈਂਸ ਬਿਸ਼ਨੋਈ ਕਿਹੜੀ ਜੇਲ੍ਹ ਦੇ ਵਿੱਚ ਬੈਠ ਕੇ ਸ਼ਰਿਆਂ ਫੋਨ ਦਾ ਇਸਤੇਮਾਲ ਕਰ ਰਿਹਾ ਹੈ। ਤਾਂ ਇਸ ਨੂੰ ਲੈ ਕੇ ਹੁਣ SIT ਦੇ ਵੱਲੋਂ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ, ਅਤੇ ਨਾਲ ਹੀ ਇਹ ਦਾਅਵਾ ਕੀਤਾ ਗਿਆ ਹੈ ਕਿ ਇੱਕ ਇੰਟਰਵਿਊ ਜਿਹੜੀ ਆ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਹੋਈ ਹੈ। ਹਾਲਾਂਕਿ ਜੇ ਆਪਾਂ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲਈਏ, ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਗੱਲ ਕਰੀਏ, ਹਾਲ ਹੀ ਦੇ ਵਿੱਚ ਇਹਨਾਂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚੋਂ ਆਪਣੇ ਪੈਰ ਪਿੱਛੇ ਖਿੱਚੇ ਨੇ ਕਿ ਅਸੀਂ ਸਿੱਧੂ ਦਾ ਕਤਲ ਨਹੀਂ ਕਰਵਾਇਆ, ਅਤੇ ਨਾ ਹੀ ਇਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕੋਰਟ ਦੇ ਵਿੱਚ ਕਿ ਨਾ ਹੀ ਇਹਨਾਂ ਨੇ ਸਿੱਧੂ ਨੂੰ ਕਦੇ ਫਰੌਤੀ ਦੇ ਲਈ ਫੋਨ ਕੀਤਾ ਸੀ, ਕਦੇ ਰਿਸ਼ਵਤ ਤੱਕ ਨਹੀਂ ਸੀ ਮੰਗੀ। ਇੱਕ ਪਾਸੇ ਬਲਕੌਰ ਸਿੰਘ ਹੁਣਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਨਾਲ ਹੀ ਗੈਂਗਸਟਰ ਗੋਲਡੀ ਬਰਾੜ ਜਿਹੜਾ ਕਿ ਕੈਨੇਡਾ ਦੇ ਵਿੱਚ ਹੈ, ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਉਹ ਕੈਨੇਡਾ ਛੱਡ ਕੇ ਅਮੈਰੀਕਾ ਜਾ ਚੁੱਕਿਆ ਹੈ। ਅਤੇ ਇਸ ਵਿਚਕਾਰ ਜਿਹੜਾ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਸੀ, ਕਿਉਂਕਿ ਮਾਰਚ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਹੋਈਆਂ ਸੀ, ਹਾਲਾਂਕਿ ਪੁਲਿਸ ਨੂੰ ਜਿਹੜੇ ਬਿਆਨ ਲਾਰੈਂਸ ਬਿਸ਼ਨੋਈ ਹੁਣਾਂ ਦੇ ਵੱਲੋਂ ਦਿੱਤੇ ਗਏ ਸੀ, ਉਸ 'ਚ ਕਦੇ ਵੀ ਅੱਜ ਤੱਕ ਇਹ ਜ਼ਿਕਰ ਨਹੀਂ ਕੀਤਾ ਲਾਰੈਂਸ ਬਿਸ਼ਨੋਈ ਨੇ ਕਿ ਅਸੀਂ ਸਿੱਧੂ ਦਾ ਕਤਲ ਕਰਵਾਇਆ, ਕਦੀ ਨਹੀਂ ਮੰਨਿਆ। ਪਰ ਜਿਹੜੀਆਂ ਇੰਟਰਵਿਊਜ਼ ਹੋਈਆਂ ਸੀਗੀਆਂ ਇੱਕ ਨਿੱਜੀ ਚੈਨਲ 'ਤੇ, ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਇਹ ਗੱਲ ਜ਼ਰੂਰ ਕਹਿੰਦਾ ਨਜ਼ਰ ਆਇਆ ਸੀ ਕਿ ਅਸੀਂ ਆਪਣੇ ਭਰਾ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲਿਆ ਹੈਗਾ, ਕਤਲ ਦਾ ਬਦਲਾ ਲਿਆ ਹੈਗਾ। ਤਾਂ ਲਗਾਤਾਰ ਜਿਹੜੇ ਹੈਗੇ ਆ ਸਵਾਲ ਖੜੇ ਹੋ ਰਹੇ ਨੇ, ਕਿਉਂਕਿ ਇੱਕ ਕਬੱਡੀ ਮੈਚ ਦਾ ਵੀ ਜ਼ਿਕਰ ਹੋਇਆ ਸੀ ਕਿ ਸਿੱਧੂ ਨੂੰ ਕਿਹਾ ਸੀਗਾ ਕਿ ਸਿੱਧੂ ਉੱਥੇ ਨਹੀਂ ਜਾਏਗਾ, ਪਰ ਸਿੱਧੂ ਕਹਿੰਦਾ ਸੀ ਕਿ ਮੈਂ ਆਪਣੀ ਜ਼ੁਬਾਨ ਦੇ ਚੁੱਕਿਆ, ਮੈਂ ਪੈਰ ਪਿੱਛੇ ਨਹੀਂ ਕਰ ਸਕਦਾ। ਤਾਂ ਇਹ ਵੀ ਕਈ ਅੜੀਆਂ ਜਿਹੜੀਆਂ ਸੀਗੀਆਂ ਉਹ ਸਾਹਮਣੇ ਆ ਰਹੀਆਂ ਸੀ, ਕਿਉਂਕਿ ਇਹ ਤਾਂ ਕੇਸ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਪਤਾ ਲੱਗਿਆ ਸੀਗਾ ਕਿ ਤਿਹਾੜ ਜੇਲ੍ਹ ਦੇ ਵਿੱਚ ਬੈਠ ਕੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਤਿਹਾੜ ਜੇਲ੍ਹ ਦੇ ਵਿੱਚ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਤਿਹਾੜ ਜੇਲ੍ਹ ਦੇ ਵਿੱਚ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਬੰਦ ਸੀ, ਜਿਹੜੇ ਕਿ ਸਿਗਨਲ ਐਪ ਦੇ ਜ਼ਰੀਏ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਸੰਪਰਕ ਦੇ ਵਿੱਚ ਸੀ। ਸਿੱਧੂ ਦੇ ਕਤਲ ਦੀ ਸਾਜ਼ਿਸ਼, ਸਿੱਧੂ ਦੇ ਕਤਲ ਦੀ ਪਲੈਨਿੰਗ ਤਿਹਾੜ ਜੇਲ੍ਹ ਦੇ ਵਿੱਚ ਹੋਈ ਸੀ, ਕਿਉਂਕਿ ਜਦੋਂ ਸਿੱਧੂ ਦਾ ਕਤਲ ਹੁੰਦਾ ਹੈ ਫੇਸਬੁੱਕ 'ਤੇ ਪੋਸਟ ਪੈਂਦੀ ਹੈ ਗੋਲਡੀ ਬਰਾੜ ਦੇ ਵੱਲੋਂ, ਤਾਂ ਉਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ, ਮਾਫ ਕਰਨਾ, ਤਿਹਾੜ ਜੇਲ੍ਹ ਦੇ ਵਿੱਚੋਂ ਲਿਆਂਦਾ ਜਾਂਦਾ ਹੈ ਪੰਜਾਬ ਦੀ ਮਾਨਸਾ ਜੇਲ੍ਹ ਦੇ ਵਿੱਚ। ਤਾਂ ਲਗਾਤਾਰ ਇਨਵੈਸਟੀਗੇਸ਼ਨ ਹੁੰਦੀ ਹੈ, ਵੱਖ ਵੱਖ ਜੇਲ੍ਹਾਂ ਦੇ ਵਿੱਚ ਰਿਮਾਂਡ 'ਤੇ ਲਿਆ ਜਾਂਦਾ ਹੈ, ਖਰੜ ਪੁਲਿਸ ਵੀ ਜਿਹੜੇ ਆ ਸਵਾਲ ਜਵਾਬ ਕਰਦੀ ਹੈ, ਇਨਵੈਸਟੀਗੇਸ਼ਨ ਕਰਦੀ ਹੈ, ਪਰ ਇਸ ਵਿਚਕਾਰ ਇੰਟਰਵਿਊ ਲੈ ਕੇ ਜਿਹੜਾ ਹੈਗਾ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਨੇ
ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਨੇ, ਪਰ ਜਿੱਥੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੋ ਸਕਦੀ ਹੈ, ਤਾਂ SIT ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਦਾ ਜਵਾਬ ਦਿੱਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਈ ਹੈ, ਨਾ ਕਿ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਵਿੱਚ, ਕਿਉਂਕਿ ਜੈਮਰ ਲੱਗੇ ਹੋਏ ਨੇ। ਜੇ ਬਠਿੰਡਾ ਜੇਲ੍ਹ ਦੀ ਗੱਲ ਕਰੀਏ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਫਿਲਹਾਲ ਦੱਸ ਦਈਏ ਕਿ ਭਲਕੇ ਯਾਨੀ ਕਿ 20 ਦਸੰਬਰ ਨੂੰ ਜਿਹੜੀ ਆ ਮੁੜ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਅਤੇ ਤੁਹਾਨੂੰ ਇਹ ਵੀ ਦੱਸ ਦਈਏ, ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਜਿਹੜਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਫੋਨ ਦਾ ਇਸਤੇਮਾਲ ਹੋ ਰਿਹਾ ਹੈ, ਉਸ ਦੇ ਬਾਬਤ ਵੀ ਰਿਪੋਰਟ ਪੇਸ਼ ਕੀਤੀ ਜਾਏ, ਉਸ ਨੂੰ ਰੋਕਣ ਦੇ ਲਈ ਕਿਹੜੇ ਠੋਸ ਕਦਮ ਚੁੱਕੇ ਜਾ ਰਹੇ ਨੇ, ਉਸ ਦੇ ਬਾਬਤ ਵੀ ਰਿਪੋਰਟ ਜਿਹੜੀ ਆ ਪੇਸ਼ ਕੀਤੀ ਜਾਏ। ਕਿਉਂਕਿ ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਦੀ ਜੇ ਅਸੀਂ ਗੱਲ ਕਰ ਲਈਏ, ਜਦੋਂ ਤਲਾਸ਼ੀ ਅਭਿਆਨ ਹੁੰਦਾ ਹੈ ਜਾਂ ਸਰਚ ਅਭਿਆਨ ਚਲਾਇਆ ਜਾਂਦਾ, ਤਾਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਮਿਲਦੇ ਨੇ, ਤਾਂ ਕਈ ਹੋਰ ਵੀ ਜਿਹੜੇ ਆ ਨਸ਼ੀਲੇ ਪਦਾਰਥ ਮਿਲਦੇ ਨੇ। ਤਾਂ ਸਵਾਲ ਇਹ ਵੀ ਹੈ ਕਿ ਆਖਿਰ ਜੇਲ੍ਹਾਂ ਦੇ ਵਿੱਚ ਇਹ ਸਾਰਾ ਸਮਾਨ ਕਿੱਥੇ ਜਾ ਰਿਹਾ, ਕਿੱਥੋਂ ਪਹੁੰਚ ਰਿਹਾ? ਕੀ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਚੰਦ ਪੈਸਿਆਂ ਦੀ ਖਾਤਰ ਜਿਹੜਾ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੇ ਨਾਲ ਰਾਬਤਾ ਕਾਇਮ ਰੱਖਦੇ ਨੇ, ਉਹਨਾਂ ਦੇ ਨਾਲ ਦੋਸਤੀ ਨਿਭਾਉਂਦੇ ਨੇ? ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਹੜੀ ਵੀ ਜੇਲ੍ਹ ਦੇ ਵਿੱਚ ਬੰਦ ਹੁੰਦਾ ਹੈ, ਉੱਥੇ ਜੈਮਰ ਬੰਦ ਕਰਵਾ ਕੇ ਜਿਹੜਾ ਹੈਗਾ ਉਸਨੇ ਫਿਰ ਜਿੱਥੇ ਫੋਨ ਕਰਨੇ ਹੁੰਦੇ ਨੇ ਉੱਥੇ ਉਹ ਫੋਨ ਕਰਦਾ ਹੈ, ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆਈਆਂ ਸੀ। ਪਰ ਹੁਣ ਸਵਾਲ ਇਹ ਹੈ, SIT ਦੇ ਵੱਲੋਂ ਰਿਪੋਰਟ ਦਾਖਲ ਕੀਤੀ ਗਈ ਹੈ, ਜੇ SIT ਇਨਵੈਸਟੀਗੇਸ਼ਨ ਦੇ ਦੌਰਾਨ ਇਹ ਦਾਅਵਾ ਕਰ ਰਹੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਈ ਹੈ, ਤਾਂ ਫਿਰ ਦੂਜੀ ਇੰਟਰਵਿਊ ਕਿੱਥੋਂ ਹੋਈ? ਕੀ ਉਹ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚੋਂ ਹੋਈ ਹੈ ਜਾਂ ਫਿਰ ਉਹ ਪੰਜਾਬ ਤੋਂ ਬਾਹਰ ਕਿਸੇ ਜੇਲ੍ਹ ਦੀ ਇੰਟਰਵਿਊ ਹੈ? ਫਿਲਹਾਲ ਸਵਾਲੀਆ ਨਿਸ਼ਾਨ ਹੈ। ਪਰ ਦੂਜੇ ਪਾਸੇ ਭਲਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ, ਤਾਂ ਦੇਖਣਾ ਹੋਵੇਗਾ ਕਿ ਦੂਜੀ ਇੰਟਰਵਿਊ ਨੂੰ ਲੈ ਕੇ ਕੀ ਖੁਲਾਸੇ ਹੁੰਦੇ ਨੇ।